ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਟੋਪ ਦੀਆਂ 9 ਵੱਛੀਆਂ ਸੇਲ ਲਈ ਲੈ ਕੇ ਆਏ ਜੀ। ਵਿੱਚ ਹੀ ਗੱਭਣ ਆ ਬਈ, ਵਿੱਚ ਹੀ ਹੀਪਰ ਆ। ਅਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ, ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ। ਕੰਟੈਕਟ ਨੰਬਰ ਨੋਟ ਕਰੋ, 8647615012। ਆਓ ਪੁੱਛ ਲੈਂਦੇ ਆਪਾਂ ਬਾਈ ਤੋਂ ਡੀਲ ਅੱਜ। ਬਾਈ ਜੀ, ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ? ਵਧੀਆ, ਹਾਂਜੀ ਹਾਂਜੀ ਵਧੀਆ ਜੀ, ਵਧੀਆ ਚੱਲਦਾ ਕੰਮ ਕਾਰ, ਬਹੁਤ ਵਧੀਆ ਜੀ, ਬਾਬੇ ਕਿਰਪਾ ਜੀ। ਚਲੋ ਵਧੀਆ। ਗੱਭਣ ਤੇ ਹੀਪਰ, ਹਾਂਜੀ ਹਾਂਜੀ, ਆਪਣੇ ਕੋਲ ਅੱਜ ਗੱਭਣਾ, ਮਤਲਬ ਕਿ ਇੱਕ ਗੱਭਣ ਬੱਛੀ ਹੈ ਬਾਈ, ਬਾਕੀ ਸਾਰੀਆਂ ਹੈ, ਸਾਰੀਆਂ ਖੀਰੀਆਂ ਤੇ ਕੁਛ ਹੈ, ਬਾਕੀ ਖਾਲੀ ਬੱਛੀਆਂ ਜੀ। ਠੀਕ ਹੈ, ਹਾਂਜੀ ਹਾਂਜੀ। ਰੂਟੀਨ ਜੀ ਆਉਂਦੀਆਂ ਬਾਈ? ਹਾਂਜੀ ਰੂਟੀਨ ਜੀ ਆਪਣੇ ਕੋਲੇ ਬਾਈ 15-20 ਬੱਛੀਆਂ ਹੁੰਦੀਆਂ ਜੀ, ਹੁੰਦੀਆਂ ਜੀ, ਹਾਂਜੀ ਜਦੋਂ ਮਰਜੀ ਬਾਈ ਆ ਜਾਏ, ਜਦੋਂ ਮਰਜੀ ਬਾਈ, 24 ਘੰਟੇ ਆਪਣੇ ਕੋਲ ਸਰਵਿਸ ਆ ਜੀ। ਗੱਭਣ ਵੀ? ਗੱਭਣ ਤੇ ਖਾਲੀ, ਹਾਂਜੀ ਖਾਲੀ, ਦੋਨੇ ਤਰ੍ਹਾਂ ਦੀਆਂ ਬੱਛੀਆਂ? ਹਾਂਜੀ ਹਾਂਜੀ ਵੀਰੇ। ਗਾਵਾਂ ਵੀ ਹੁੰਦੀਆਂ? ਨਹੀਂ ਗਾਵਾਂ ਨਹੀਂ, ਬੱਛੀਆਂ ਹੁੰਦੀਆਂ, ਕੱਲੀਆਂ ਬੱਛੀਆਂ? ਹਾਂ, ਸਪੈਸ਼ਲ ਬੱਛੀਆਂ ਦਾ ਕੰਮ ਹੀ ਜੀ ਆਪਣਾ, ਕੱਲੇ ਬੱਛੀਆਂ ਵਾਲੇ ਭਰਾ ਹੀ ਫੋਨ ਲਾਉਣਾ? ਹਾਂਜੀ ਹਾਂਜੀ ਵੀਰੇ, ਹਾਂਜੀ। ਠੀਕ ਆ ਬਾਈ, ਮੰਨ ਕੇ ਚੱਲੋ ਛੋਟੇ ਤੋਂ ਛੋਟਾ ਪਾ, ਹਾਂਜੀ ਵੱਡੇ ਤੋਂ ਵੱਡਾ ਪਾ, ਹਾਂਜੀ ਹਾਂਜੀ ਵੱਡੇ ਤੋਂ ਵੱਡਾ, ਕੁਆਲਿਟੀ ਦੇ ਹਿਸਾਬ ਨਾਲ, ਕੁਆਲਿਟੀ ਦੇ ਹਿਸਾਬ ਨਾਲ, ਚੰਗੀ ਕੁਆਲਿਟੀ ਵੀ, ਬਹੁਤ ਟੌਪ ਕੁਆਲਿਟੀ, ਫਾਰਮੀਆਂ ਬੱਛੀਆਂ ਜੀ ਅੱਜ ਆਪਣੇ ਕੋਲ। ਠੀਕ ਆ ਬਾਈ, ਹਾਂਜੀ ਹਾਂਜੀ ਵੀਰੇ। ਨਾਮ ਤੇ ਐਡਰੈਸ ਬੋਲ। ਨਾਮ ਆ ਜੀ ਰੋਹਨ, ਪਿੰਡ ਪਿੱਥੋ ਜੀ, ਜ਼ਿਲ੍ਹਾ ਬਠਿੰਡਾ ਜੀ। ਤਹਿਸੀਲ? ਤਹਿਸੀਲ ਰਾਮਪੁਰਾ ਫੂਲ ਜੀ, ਨੇੜੇ ਪਿੰਡ, ਹਾਂਜੀ ਰਾਮਪੁਰੇ ਤੋਂ 4 ਕਿਲੋਮੀਟਰ ਆਪਣਾ ਪਿੰਡ ਹੈ ਵੀਰੇ। ਮੋਬਾਈਲ ਨੰਬਰ ਬੋਲ। ਮੋਬਾਈਲ ਨੰਬਰ 98887-38550 ਜੀ। ਠੀਕ ਆ ਬਾਈ, ਬਾਈ ਰੋਹਨ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ, ਕਿੰਨੇ ਟਾਈਮ ਦੀ ਗੱਭਣ? ਹਾਂਜੀ ਬਾਈ, ਪਹਿਲਾਂ ਤਾਂ ਦੰਦ ਦਿਖਾ ਦਈਏ ਜੀ ਬਾਈਆਂ ਨੂੰ, ਠੀਕ ਹੈ? ਖੀਰੀ, ਕੱਚੀ ਖੀਰੀ ਹੈ ਜੀ, ਜਮਾ ਖੀਰੀ, ਹਾਂਜੀ ਕੀ ਬਾਤ ਆ ਬਾਈ, ਜਮਾ ਖੀਰੀ ਆ ਦੰਦਾਂ ਚ। ਹਾਂਜੀ ਬਾਈ, ਇਹ 5.5 ਮਹੀਨੇ ਦੀ ਗੱਭਣਾ ਬਾਈ ਜੀ। ਓਕੇ, ਹਾਂਜੀ ਕੱਦ ਕਾਠ, ਬਾਕੀ ਖੀਰੀ ਬੱਚੀ ਦਾ ਐਡਾ ਕੱਦ ਕਾਠ ਮਿਲਦਾ ਨਹੀਂ ਬਾਈ, ਮਿਲਦਾ ਨਹੀਂ, ਸਹੀ ਗੱਲ ਆ। ਖੀਰੀ ਬੱਚੀ ਤੇ ਸੋਨੇ ਤੇ ਸੁਹਾਗ ਵਾਲੀ ਗੱਲ ਹੋ ਗਈ, ਤੇ ਕੱਦ ਵੀ ਫੁੱਲ ਆ, ਸਮੀ ਪਲੀ ਫੁੱਲ ਆ, ਦੰਦਾਂ ਚ ਵੀ ਖੀਰੀ ਆ। ਮਾਂ ਦਾ ਰਿਕਾਰਡ ਕੀ ਹੈ ਬਾਈ? ਮਾਂ ਦਾ ਰਿਕਾਰਡ ਵੀਰੇ ਇਹਦਾ 35 ਲੀਟਰ ਦਾ ਜੀ। ਠੀਕ ਆ, ਠੀਕ ਆ, ਆਪ ਇਹ 40-138 ਦੀ ਹੈ ਜੀ। ਤੇ ਇਹਦਾ ਮਤਲਬ ਕਿ ਅੱਗੇ ਵੀ ABS ਦੇ ਸਟ੍ਰਾਈਕਰ ਦਾ ਸੀਮ ਲੱਗਿਆ ਬਾਈ, ਸਟ੍ਰਾਈਕਰ ਤੋਂ ਗੱਭਣ, ਹਾਂਜੀ ਹਾਂਜੀ। ਠੀਕ ਆ ਬਾਈ, ਬਹੁਤ 4 ਥਾਣਾ ਆਰਡਰ ਉਡਰ ਬਾਹਲਾ ਚੰਗਾ ਬਣਾਓ ਬਾਈ ਦੀ, ਬਾਈ ਜਿਹੜੀ ਸਟਾਰਟਿੰਗ ਹੈ, ਦੇਖ ਦੇਖ ਕਿਹੜਾ ਮਹੀਨਾ ਦੱਸਿਆ? ਇਹ 5.5 ਮਹੀਨੇ ਦੀ ਗੱਭਣ ਹੋ ਗਈ, 5 ਮਹੀਨੇ ਦੀ ਬੰਦਾ ਹਨਾ ਲੈਂਦਾ, ਤੇ ਆਪਣਾ ਵੀ ਕੋਈ ਵੀ ਘਰੇ ਆ ਕੇ ਤਸੱਲੀ ਕਰਕੇ ਲੈ ਕੇ ਜਾਵੇ, ਠੀਕ ਆ, ਆਪਦਾ ਡਾਕਟਰ ਨਾਲ ਲਿਆ ਵੀ ਜਿਹਨੇ ਚੈੱਕ ਕਰਾਉਣੀ ਆ, ਜੇ ਕਿਸੇ ਨੇ ਬਾਈ ਆਨਲਾਈਨ ਸੌਦਾ ਕਰਿਆ ਗੱਡੀ ਚ ਉਤਣ ਸਾਰ ਚੈੱਕ ਕਰਾ ਲੇ, ਉਹ ਘਰ ਤੱਕ ਦੀ ਆਪਣੀ ਗਾਰੰਟੀ ਆ ਬਾਈ। ਠੀਕ ਆ, ਇੱਕ ਅੱਧੇ ਦਿਨ ਦੀ ਅਗਲੇ ਨੂੰ ਉਹ ਦੇ ਦੋਗੇ? ਹਾਂਜੀ ਹਾਂਜੀ ਹਾਂਜੀ, ਇੱਕ ਅੱਧੇ ਦਿਨ ਚ ਬੰਦਾ ਉਹਦੀ ਚੈੱਕ ਕਰਵਾ ਕੇ, ਹਾਂ, ਤੇ ਬੈਕ ਉਤਣ ਸਾਰ ਬਾਈ ਚੈੱਕ ਕਰਾਵੇ, ਠੀਕ ਆ, ਸਿੱਧੀ ਜੀ ਗੱਲ ਆ ਬਾਈ। ਹਾਂ ਬਾਈ ਸਹੀ ਗੱਲ, ਖੀਰੀਆਂ ਬੱਛੀਆਂ ਬਾਈ ਆ ਦੇਖ, ਸਟਰਕਚਰ, ਬਾਡੀ ਸਟਰਕਚਰ, ਲੈਗ ਸਕੋਰ ਬੱਚੀ ਦਾ ਚੈੱਕ ਕਰੋ ਬਾਈ, ਕੁਆਲਿਟੀ ਕੁਆਲਿਟੀ ਕਿੱਡੀ ਚੰਗੀ ਆ ਬੱਚੀ, ਕੀ ਬਾਤ ਆ ਹਨਾ, ਕੁਆਲਿਟੀ ਹੈ ਸਾਰੀਆਂ ਖੀਰੀਆਂ ਬਾਈ, ਠੀਕ ਆ, ਕੋਈ ਚੌਕੀ ਨਹੀਂ, ਕੋਈ ਸ਼ਿੱਗੀ ਨਹੀਂ, ਕੋਈ ਦੁੱਗੀ ਨਹੀਂ, ਠੀਕ ਆ, ਖੀਰੀਆਂ ਬੱਛੀਆਂ ਬਾਈ, ਲੈ ਫੇਸ ਦੇਖੋ, ਲੈ ਜਮਾ ਖੀਰੀ ਆ, ਕੀ ਬਾਤ ਆ, ਕੁਆਲਿਟੀ ਦੇਖ, ਫੇਸ ਦੇਖ, ਚਮਕ ਦੇਖ, ਹਾਂ ਚਮਕ ਬਾਈ, ਫੀਡ ਤੇ ਪਲੀ ਵੀ ਆ ਬੱਚੀ ਬਾਈ, ਫੀਡ ਤੇ ਪਲੀ ਵੀ, ਹਾਂ ਦੱਸਦੀ ਆ ਵੀ ਖੁਰਾਕ ਖਾਧੀ ਵੀ ਆ ਬੱਚੀ ਦੀ ਹਨਾ। ਹਾਂਜੀ ਹਾਂਜੀ ਬਾਈ ਜੀ, ਤੋਰਾ ਤਾਰਾ ਕਮਾਲ, ਕੱਦ ਚੰਗਾ, ਟੀਕੇ ਦੇ ਤਕਰੀਬਨ ਬਿਲਕੁਲ ਘਰ, ਹਾਂ ਬਾਈ, ਇਹ ਜਿਹੜੀਆਂ ਆਹ 4 ਬੱਚੀਆਂ ਨੇ, ਠੀਕ ਹੈ ਜੀ, ਇਹ ਬਸ ਐ ਮੰਨੋ ਵੀ ਘਰੇ ਜਾ ਕੇ ਅਗਲੇ ਦੇ ਸੀਮਨ ਲੈ ਲੈਣਗੀਆਂ, ਸੀਮਨ ਲੈ, ਹਾਂਜੀ ਹਾਂਜੀ ਬਈ, ਐ ਜਿਹੜੀਆਂ ਇਹ ਬੱਚੀਆਂ ਬਾਈ, ਠੀਕ ਆ, ਲੱਖ ਤੋਂ ਪਲੱਸ ਤਿਆਰ ਹੋਣਗੀਆਂ, ਸਹੀ ਗੱਲ, ਹਾਂ ਲੱਖ ਤੋਂ ਪਲੱਸ ਵਿਕਣੀਆਂ, ਇਹ ਵੀ ਬਾਈ ਲੱਖ ਤੋਂ ਪਲੱਸ ਵਿਕਣੀਆਂ, ਠੀਕ ਹੈ, ਸਾਰੀਆਂ ਬੱਚੀਆਂ ਤਿਆਰ ਹੋ ਗਏ, ਕੀ ਮੁੱਲ ਆ ਇਹਦਾ ਵੀਰੇ? ਹਾਂਜੀ ਕੀ ਮੁੱਲ ਆ ਇਹਦਾ? ਮੁੱਲ ਹੈਗਾ ਜੀ, ਮੁੱਲ ਕਰਾਲਾ 60 ਕਰਾਲਾ 65 ਕਰਾਲਾ, ਠੀਕ ਆ, 55 ਕਰਾਲਾ 52,000 ਚ ਛੋੜ ਹੀ ਹੋਣੀ ਆ ਬਾਈ, 52,000 ਚ ਛੋੜ ਹੋਣੀ, ਹਾਂਜੀ ਹਾਂਜੀ ਵੀਰੇ, ਠੀਕ ਆ ਬਾਈ, ਇਹਦਾ ਮੁੱਲ ਭਰਾ? ਇਹਦਾ ਮੁੱਲ ਜੀ, ਇਹ 4 ਬੱਚੀਆਂ ਦਾ ਆਪਾਂ, ਠੀਕ ਹੈ ਜੀ, 35-35 ਹਜ਼ਾਰ, ਇਹਦਾ ਵੀ 35 ਹੈ ਜੀ, ਇਹਦਾ ਵੀ 35, ਆਹ 4 ਮਤਲਬ ਕਿ
ਰਾਜੀ ਰੂਜੀ ਫੁੱਲ ਚਮਕ ਚੁਮਕ ਚੰਗੀਆਂ ਪ੍ਰਿੰਟ ਪ੍ਰੁੰਟ ਬਹੁਤ ਚੰਗਾ ਤੋਰਾ ਕਮਾਲ ਦਾ ਵੱਛੀ ਦਾ ਜਾਣ ਸਰ ਟੀਕੇ ਲੈਂਦੀਆਂ ਉਹਦੇ ਟੀਕਾ ਭਰਾਇਆ ਵਾ ਇਹਦੇ ਤਾਂ ਨੀ ਭਰਾਇਆ ਨਹੀਂ ਨਹੀਂ ਬਾਈ ਬਸ ਇਹ ਜਾਣ ਸਰ ਵੀ ਹੀਟ ਚ ਮਤਲਬ ਕਿ ਆ ਜਾਣਗੀਆਂ ਬੱਚੀਆਂ ਇਹ ਮਤਲਬ ਜਿਹਨੇ ਬੰਦੇ ਨੇ ਕੋਈ ਫਾਰਮ ਸਟਾਰਟ ਕਰਨਾ ਸਮੀਆਂ ਪਲੀਆਂ ਬੱਚੀਆਂ ਬਾਈ ਪੂਰੀਆਂ ਸਹੀ ਗੱਲ ਆ ਪੂਰੀਆਂ ਇੱਧਰ ਬਣ ਲਓ ਬਈ ਸਮੀਆਂ ਪਲੀਆਂ ਫੁੱਲ ਆ ਬਈ ਟੀਕੇ ਦੇ ਬਿਲਕੁਲ ਕਾਬਲ ਝੋਲੀ ਝੋਲੀ ਕਮਾਲ ਦੀ ਆ ਮੁੱਲ 35-35 ਹਜ਼ਾਰ ਰੁਪਇਆ ਰਹਿਣਾ ਮਾਨ ਤਾਨ ਜ਼ਰੂਰ ਹੋ ਚੌੜੀ ਚੂੜੀ ਦੇਖੋ ਪਿੱਛੇ ਤੋਂ ਬੱਚੀ ਪੂਰੀ ਚੌੜੀ ਚੂੜੀ ਆ ਕੱਦ ਘਾਟ ਵਾਲੀ ਹੈਗੀ ਬਾਈ ਦੀ ਗੱਲ ਸਹੀ ਆ ਤੇ ਜਦੋਂ ਉਹਨੂੰ ਤਿਆਰ ਹੋਣਾ ਚੰਗੇ ਰੁਪਈਏ ਵਟਾ ਕੇ ਜਾਣਗੀਆਂ ਬਈ ਇਹ ਬਲ ਬੁਲ ਦੇਖੋ ਬਈ ਖਾਣ ਖੁਣ ਬਹੁਤ ਚੰਗਾ ਅੱਗੇ ਭਰਾ 4 ਨੰਬਰ ਹਾਂ ਇਹਦੇ ਵੀ ਫੇਸ ਦਿਖਾ ਬਾਈਆਂ ਦੇਖ ਬਾਈ ਕਿੰਨਾ ਚੰਗਾ ਫੇਸ ਆ ਕੀ ਬਾਤ ਹਾਂਜੀ ਬਾਕੀ ਕੋਈ ਲਿਸੀਆਂ ਫਿੱਕੀਆਂ ਨੀ ਬਾਈ ਵਜਨਦਾਰ ਬੱਚੀਆਂ ਕੋਈ ਹਨਾ ਵੀ ਹੈਗਾ ਵੇਟ ਘੱਟ ਹੋਵੇ ਬੱਚੀ ਦਾ ਪੂਰਾ ਵੇਟ ਜਮਾ ਸੀਮਨ ਲੈਣ ਦੇ ਜਿਹੜਾ ਕਾਬਲ ਚਾਹੀਦਾ ਵੇਟ ਉਹਨਾਂ ਵੇਟ ਹੈਗਾ ਹੈਗਾ ਜਾਣ ਸਰ ਸੀਮਨ ਲੈ ਹਾਂ ਜਾਣ ਸਰ ਸੀਮਨ ਲੈ ਲੈਣੀ ਚਾਉਣ ਦੀ ਦੇਰੀ ਆ ਜਾਣ ਸਰ ਸੀਮਨ ਲੈ ਲੈਣਾ ਬਾਈ ਤੇ ਬੱਚੀ ਦੀ ਝੋਲੀ ਦੇਖੋ ਚਮਕ ਦਮਕ ਪੂਰੀ ਆ ਚੌੜੀ ਚੂੜੀ ਬੱਚੀ ਬਹੁਤ ਆ ਪਲੀ ਵੀ ਬਹੁਤ ਆ ਯਾਰ ਬੱਚੀ ਹਨਾ ਹਾਂਜੀ ਹਾਂਜੀ ਬਾਈ ਪਲੀ ਲੂਈ ਲਾਈ ਦੇਖ ਵਾਲੇ ਤਾਂ ਦੁੱਧ ਵਾਲੀ ਲੂਈ ਵੀ ਨਹੀਂ ਲਈ ਯਾਰ ਸਹੀ ਗੱਲ ਆ ਲਹੂ ਵਾਲੀਆਂ ਬੱਚੀਆਂ ਨੇ ਇਹਨੇ ਵੀ ਫਿੱਕੀਆਂ ਜਿਹੀਆਂ ਬੱਚੀਆਂ ਹਨਾ ਵੀ ਮੰਨ ਕੇ ਚੱਲ ਫਿਰ ਖਰਚਾ ਬਹੁਤ ਆ ਜਾਂਦਾ ਬਾਈ ਹਾਂਜੀ ਹਾਂਜੀ ਬਾਈ ਐਡੀ ਬੱਚੀ ਸਾਂਭਣ ਤੇ ਖਰਚਾ ਕਿੰਨਾ ਆ ਜਾਂਦਾ ਜਿਹੜੇ ਵੀਰ ਪਾਲਦੇ ਉਹਨਾਂ ਨੂੰ ਪਤਾ ਹਨਾ ਬਾਈ ਹਾਂਜੀ ਅੱਗੇ ਵੀਰੇ 5 ਨੰਬਰ ਪ੍ਰਿੰਟ ਦੇਖੋ ਬੱਚੀ ਦਾ ਬਾਈ ਮਾਰਕੀਟ ਦੇ ਵਿੱਚ ਇਸ ਪ੍ਰਿੰਟ ਦੀ ਜਿਹੜੀ ਮੰਗ ਆ ਬਹੁਤ ਜ਼ਿਆਦਾ ਆ ਫੇਸ ਬੜਾ ਪਿਆਰਾ ਬੋਦੀ ਬਾਦੀ ਬਹੁਤ ਚੰਗੀ ਆ ਸਨੱਖ ਬਣਾ ਬੱਚੀ ਦੇ ਵਿੱਚ ਚੰਗਾ ਗਾ ਬਾਈ ਬਾਕੀ ਤੋਰਾ ਤਾਰਾ ਚੰਗਾ ਪੱਧਰ ਆ ਉਤੋਂ ਵੀ ਰਾਜੀ ਫੁੱਲ ਆ ਟੀਕੇ ਦੇ ਤਕਰੀਬਨ ਇਹ ਵੀ ਕਾਬਲੀ ਆ ਬਾਈ ਨਗੀਨਾ ਟੌਪ ਬ੍ਰੀਡ ਬੱਚੀ ਬਾਈ ਤੇ ਚਮਕ ਬਹੁਤ ਆ ਯਾਰ ਹਾਂਜੀ ਚਮਕ ਚਮਕ ਬਾਈ ਬਾਲੀਆਂ ਬੱਚਿਆਂ ਚ ਬਾਕੀ ਆਏ ਬਾਈ ਫੀਡ ਦੇ ਪਾਲੀਆਂ ਵੀ ਬੱਚਿਆਂ ਬਾਈ ਠੀਕ ਹੈ ਕੋਈ ਆਏ ਨੀ ਹਨਾ ਵੀ ਲਾ ਕੇ ਅਗਲੇ ਨੇ ਬੰਨਤੀਆਂ ਸੇਵਾ ਵਾਲੇ ਘਰੋਂ ਆਈਆਂ ਬਾਈ ਬੱਚੀਆਂ ਸਹੀ ਗੱਲ ਆ ਬਾਈ ਹਨਾ ਹੁਣ 2 ਰੁਪਏ ਵੱਧ ਲੱਗ ਜਾਣਗੇ ਬਾਈ ਹਾਂਜੀ ਹਾਂਜੀ ਬਾਈ ਇਹ ਨਹੀਂ ਹੈਗਾ ਬੱਚੀ ਆਪਾਂ ਮੰਨ ਕੇ ਫਿੱਕੀ ਬੱਚੀ ਲੈ ਲੈਣੇ ਆ ਕਈ ਵਾਰੀ ਖੁਰਦੀ ਨਹੀਂ ਬੱਚੀ ਖੁਰਦੀ ਨਹੀਂ ਬਾਈ ਹਨਾ ਇਹ ਖੁਰੀਆਂ ਖਰਾਈਆਂ ਬਾਈ ਜਾਣ ਸਾਰੇ ਟੀਕੇ ਲੈਣੇ ਸਮੀ ਪਲੀ ਫੁੱਲ ਆ ਝੋਲੀ ਕਮਾਲ ਆ ਕੱਲਾ ਕੱਲਾ ਥਾਣ ਪੂਰੀ ਵਿੱਚੀ ਤੇ ਥਾਣਾ ਲੈ ਕੀ ਬਾਤ ਹੈ ਕੀ ਮੁੱਲ ਆ ਵੀਰੇ ਆਹ ਜੋੜੇ ਦਾ ਮੁੱਲ ਕਰਾਂਗੇ ਬਾਈ ਆਪਾਂ ਓਕੇ ਹਾਂਜੀ ਹਾਂਜੀ ਇਹਦੀ ਵੀ ਕਿੰਨੀ ਕੁ ਉਮਰ ਆ ਬਾਈ ਇਹ ਬਾਈ ਖੀਰੀਆਂ ਬਾਈ ਸਾਰੀਆਂ ਇਹ ਮਤਲਬ ਕਿ ਇਹ 9-9 ਮਹੀਨੇ ਦੇ ਬੱਚੀਆਂ ਹਾਲੇ ਓਕੇ ਓਕੇ ਹਾਂਜੀ 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 ਵੀਰੇ 9-9 ਕੁ ਮਹੀਨੇ ਇਹਨਾਂ ਦੀ ਏਜ ਆ ਬਾਈ ਫੇਸ ਬੜਾ ਚੰਗਾ ਰੰਗ ਰੂਪ ਤੂਰਾ ਤਾਰਾ ਦੇਖੋ ਬੱਚੀ ਦਾ ਕਮਾਲ ਦਾ ਬਰੀਕੀ ਚ ਬਹੁਤ ਆ ਬੱਚੀ ਹਾਂਜੀ ਹਾਂਜੀ ਬਾਈ ਹਨਾ ਝੋਲੀ ਕਮਾਲ ਆ ਥਣ 4 ਹੀ ਆ 4-4 ਥਾਣਾ ਬਾਈ ਕਿਸੇ ਦੇ ਫੋਟ ਸ਼ਾਖ ਨਹੀਂ ਕਿਸੇ ਵੀ ਬੱਚੀ ਦੇ ਬਾਈ ਬਾਕੀ ਤੁਸੀਂ ਆਪ ਦੇ ਹਨਾ ਕੋਲ ਕੈਮਰਾ ਲਾ ਕੇ ਦਿਖਾ ਦੋ ਜੀ ਬਾਈਆਂ ਕਿਸੇ ਦੀ ਫੋਟ ਸ਼ਾਖ ਦਾ ਨਿਸ਼ਾਨ ਵੀ ਨਹੀਂ ਬਾਈ ਕੀ ਮੁੱਲ ਆ ਜੋੜੇ ਦਾ ਇਹ ਜੋੜੇ ਦਾ 55,000 ਆ ਬਾਈ ਮਾਨਤਾਨ ਕਰਦਾ ਕੋਈ ਗੱਲ ਨਹੀਂ ਜੋੜੇ ਦਾ ਮੁੱਲ ਹੀ 55,000 ਰੁਪਇਆ ਮਾਨਤਾਨ ਜ਼ਰੂਰ ਹੋ ਜਾਊਗਾ ਅੱਗੇ ਲਾਸਟ ਇਹਦਾ ਵੀ ਜੋੜੇ ਦਾ ਹੀ ਕਰਾਂਗੇ ਹਾਂਜੀ ਹਾਂਜੀ ਬਾਈ ਇਹ ਜੋੜੇ ਦਾ ਵੀ ਕਿੰਨੀ ਕੁ ਉਮਰ ਐਸਟੀਮੇਟ ਆ ਦੋਨਾਂ ਇਹ ਬਾਈ ਇਹ 6-6-7-7 ਮਹੀਨੇ ਦੇ ਬੱਚੇ ਬਾਈ ਇਹ ਤੋਂ 7-7 ਮਹੀਨੇ ਉਮਰ ਆ ਬਾਈ ਤੇ ਮਾਂ ਦਾ ਮਿਲਕ ਰਿਕਾਰਡ ਆ ਬਾਈ ਸਾਰੀਆਂ ਦੀ ਯਾਰੂ ਵਾਲੀ ਦੱਸ ਦੋ ਪਹਿਲਾਂ ਹਾਂਜੀ ਹਾਂਜੀ ਬਾਈ ਮਿਲਕ ਰਿਕਾਰਡ ਆਪਾਂ ਠੀਕ ਆ ਬਾਕੀ ਰਿਕਾਰਡ ਵਾਲੀਆਂ ਬੱਚੀਆਂ ਬਾਈ ਸਾਰੀਆਂ ਠੀਕ ਆ ਬਾਕੀ ਬੰਦਿਆਂ ਨੇ ਜਿਹੜੇ ਵੀ ਬੰਦਾ ਕੋਈ ਲਊਗਾ ਠੀਕ ਆ ਆਪਾਂ ਫੋਨ ਤੇ ਦੱਸ ਦਾਂਗੇ ਬਾਈ ਨੂੰ ਜਿਹੜੀ ਵੀ ਡਿਟੇਲ ਮੰਗੂਗਾ ਬਾਈ ਓਕੇ ਹਾਂਜੀ ਹਾਂਜੀ ਸੀਮਨ ਪੁੱਛੋਗੇ ਸੀਮਨ ਮਿਲ ਜੂਗਾ ਸਹੀ ਉਮਰ ਪੁੱਛੋਗੇ ਉਹ ਵੀ ਮਿਲ ਜੂਗੀ ਬਾਈ ਦੁੱਧ ਦਾ ਰਿਕਾਰਡ ਵੀ ਮਿਲ ਜੂ
ਜਿਹੜੀ ਮਰਜ਼ੀ ਬਾਈਕ ਨਾ ਡਿਟੇਲ ਬਾਈ ਤੋਂ ਫੋਨ ਤੇ ਪੁੱਛ ਲਿਓ, ਕੱਲੀ ਕੱਲੀ ਜੇ ਡਿਟੇਲ ਬਾਈ ਕੋਲੇ ਫੁੱਲ ਹਾਜ਼ਰ ਆ। ਤੇ ਜੋੜੇ ਦਾ ਮੁੱਲ ਕੀ ਆ ਬਾਈ? ਇਹਦਾ ਜੋੜੇ ਦਾ 38,000 ਰੁਪਏ ਬਾਈ ਜੀ। ਮਾਨਤਾਨ ਹੋ ਜੂ? ਮਾਨਤਾਨ ਕਰ ਦਾਂਗੇ ਕੋਈ 38,000 ਰੁਪਿਆ ਜੋੜੇ ਦਾ ਮੁੱਲ ਆ, ਮਾਨਤਾਨ ਜ਼ਰੂਰ ਹੋ ਜੂ। ਪੁੱਤਰ ਬੱਚੀ ਆ ਵੀ ਚੰਗੀ ਸੁਨੱਖੀ ਆ, ਤੇ ਉਮਰ ਇਹਨਾਂ ਦੀ ਛੋਟੀ ਆ, ਤੇ ਦੰਦਾਂ ਚ ਖੀਰੀਆਂ। ਹਾਂਜੀ ਹਾਂਜੀ ਬਾਈ, ਖੀਰੀਆਂ ਸਾਰੀਆਂ। ਜਾਂ ਕੋਈ ਵੀ ਬੰਦਾ ਕੋਲੇ ਆਉਂਦਾ ਹਨਾ, ਚੈੱਕ ਕਰਕੇ ਲੈ ਕੇ ਜਾਵੇ ਬਾਈ, ਆਪਦੇ ਜਿਹੜੀ ਗੱਲ ਕਹਿਤੀ ਉਹੀ ਨਿਕਲੂਗੀ ਬਾਈ। ਐਂ ਨੀ ਜਿਹੜੀ ਖੀਰੀ ਕਹਿਤੀ ਦੋ ਦੀ ਨਿਕਲੂ ਜਾਂ ਚੌਕੀ ਨਿਕਲੂ, ਕਿਸੇ ਬੰਦੇ ਨੇ ਆਨਲਾਈਨ ਵੀ ਮੰਗਾ ਲਈ, ਜਿਹੜੀ ਗੱਲ ਕਹਿਤੀ ਉਹੀ ਨਿਕਲੂ ਬਾਈ। ਵੀਰੇ ਜੇ ਕੋਈ ਜੋੜਾ ਜਾਂ ਹਨਾ 5-4 ਇਕੱਠੀਆਂ ਲੈਂਦਾ, ਫੁੱਲ ਮਾਨਤਾਨ ਹੋ ਜੂ? ਹਾਂਜੀ ਹਾਂਜੀ ਬਾਈ, ਉਹਨਾਂ ਦਾ ਮਾਨਤਾਨ ਕਰ ਦਾਂਗੇ, ਕੋਈ ਗੱਲ ਨੀ ਬਾਈ। ਠੀਕ ਆ। ਜੇ ਕਿਸੇ ਭਰਾ ਨੂੰ ਵੱਧ ਚਾਹੀਦੀਆਂ, ਮੰਨ ਕੇ ਚੱਲ 20-25 ਜਿਵੇਂ ਨਵੇਂ ਫਾਰਮਰ ਤਿਆਰ ਹੋ ਰਹੇ, ਹਾਂਜੀ ਹਾਂਜੀ ਹਾਂਜੀ, ਉਹ ਮੰਨ ਕੇ ਚੱਲ ਇਕੱਠੀਆਂ ਕਰਕੇ ਦੇ ਦੋਗੇ? ਹਾਂਜੀ ਹਾਂਜੀ ਵੀਰੇ, ਆਪਣੇ ਕੋਲ ਬਾਬੇ ਦੀ ਕਿਰਪਾ ਨਾਲ ਮਾਲ ਫੁੱਲ ਹੀ ਰਹਿੰਦਾ ਬਾਈ, ਜਿੰਨੀਆਂ ਮਰਜ਼ੀ ਕਹਿ ਦੇਣ ਬਰਸੀ, ਆਪਾਂ 25-30-50 ਲੈ ਲੈਣੇ ਜਿੰਨੇ ਚਾਹੀਦੇ। 50 ਲੈ ਲੈਣੇ? ਹਾਂਜੀ ਹਾਂਜੀ ਵੀਰੇ। ਠੀਕ ਆ ਬਾਈ, ਲਓ ਬਾਈ। ਤੇ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ, ਪਿੰਡ ਪਿੱਥੋਂ ਆ, ਨੇੜੇ ਰਾਮਪੁਰਾ ਸ਼ਹਿਰ ਆ ਜਾਂਦਾ। ਜਦੋਂ ਮਰਜ਼ੀ ਬਾਈ ਦੇ ਘਰੇ ਆਓ, ਤੇ 20-25 ਬੱਚੀਆਂ ਬਾਈ ਕੋਲੇ ਹਾਜ਼ਰੀ ਹੁੰਦੀਆਂ, ਤੇ ਬਾਕੀ ਬਾਈ ਦੇ ਧਿਆਨ ਚ ਵੀ ਹੁੰਦੀਆਂ ਨੇ, ਘਰਾਂ ਚੋਂ ਜਾਂ ਫਾਰਮਾਂ ਚੋਂ ਬਾਈ ਦਵਾ ਦਿੰਦਾ ਗਾ। ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।